हाँ जी फ्रेंड चलो चलते आप रिशु नाल पूरे मलो का गेड़ा कढ़ना चल रिशु चलीए हेलो फ्रेंड्स वेलकम टू माय न्यू व्लॉग। दोस्तों गुड इवनिंग टू ऑल ऑफ यू। दोस्तों आज शाम का टाइम है तो एक मैं प्लान बनाया तो थोड़े नाल एक मलोह का गेड़ा कढ़ांगे आपां। सारे मलोह विच वाकराउंड दवांगे तुहानू, मतलब सानू की वधिया लग्गिया ते तुहानू कुछ अपने स्कूल बारे दसांगा, कुछ श्री गुरुद्वारा साहिब दिखावांगा ते मंडी गोबिंदगढ़ वाला अपना अड्डा है जो कि तो भी दिखावगा थानू। मलोह का नवा बस स्टैंड से एक नाभे वाला अड्डा है जो साडा मेन है तो थानू ओहदा भी दिखावगा व्यू कुछ। जो कि ओल्ड ग्रेन मार्केट कहिंदे ने सारे नू, ओल्ड ग्रेन मार्केट मलोह भी कह सकते आपां। तो दोस्तों चलो चलते हैं आपां मेन बाजार तरफ। दोस्तों मौसम बड़ा वधिया है तुसी देख सकते हो, चलो आपां चलते हैं। तो रिशु मेरे नाल है, मेरी भाण जी है जो कि तुहानूं मैं पिछले व्लॉग साडा फस्ट व्लॉग आया सी रिशु नाल, माई फस्ट व्लॉग एट मलोह, तुसी बहुत सारा प्यार दिता उहनूं ते थैंक यू, तुसी इन्ना प्यार दिता है, तुहाडे वधिया व्यू आए ने, लाइक आए ने। तो दोस्तों असं जा रहे हैं हौली हौली मेन बाजार में। तो दोस्तों मलोह एक यह जहाँ शहर है जिते मतलब सारी जरूरत अपन पूरी हो जाए ने, छोटा शहर है, वधिया लगता है मैं इतने रहना। तो मेरा जो कि शहर है थोड़ा मैं पहला भी दसिया रहना मैं मलोह में, तो हूँ मैं वध रहा किला रोड तरफ। मेरे लैफ्ट हैंड साइड किला रोड है, तो इधर मेरे पुलिस स्टेशन है मेरे राइट हैंड साइड, तो गर्ल्स स्कूल है तो बॉयज स्कूल भी है। दोस्तों जितने मैं पढ़िया उतने तुम दिखावगा मैं अगे अगे दृश्य आएगा, अगे व्यू आएगा
ਬੋਇਸ ਸਕੂਲ ਦਾ ਜਿੱਥੇ ਮੈਂ ਪੜ੍ਹਿਆ ਤੁਹਾਨੂੰ ਦਿਖਾਵਾਂਗਾ ਮੈਂ। ਅਤੇ ਦੋਸਤੋ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ, ਐਂਡ ਵਿੱਚ ਸਾਰੀ ਵੀਡੀਓ ਪੂਰੀ ਤਰ੍ਹਾਂ ਦੇਖਿਓ ਅਤੇ ਮੈਨੂੰ ਐਂਡ ਤੱਕ ਦੱਸਿਓ ਦੇਖ ਕੇ, ਮਤਲਬ ਕਮੈਂਟ ਕਰਕੇ ਵਧੀਆ ਲੱਗੀ। ਸ਼ਾਮ ਦੇ ਟਾਈਮ ਕਾਫੀ ਟ੍ਰੈਫਿਕ ਹੋ ਜਾਂਦੀ ਹੈ ਮਲੋਹ ਵਿੱਚ। ਦੋਸਤੋ ਬੜਾ ਹੀ ਸਾਫ਼ ਸੁਥਰਾ ਸ਼ਹਿਰ ਹੈ ਸਾਡਾ ਮਲੋਹ, ਜੋ ਕਿ ਸ਼ਹਿਰ ਹੈ ਮਲੋਹ ਟਾਊਨ ਵੀ ਕਹਿੰਦੇ ਨੇ ਲੋਕ ਇਹਨੂੰ। ਅਤੇ ਦੋਸਤੋ ਹੁਣ ਤੁਸੀਂ ਮੇਰੇ ਰਾਈਟ ਹੈਂਡ ਦੇਖ ਰਹੇ ਹੋ, ਤੁਹਾਨੂੰ ਦਿਖਾਵਾਂਗਾ ਮੇਰਾ ਸਕੂਲ ਹੈ ਇੱਕ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਲੋਹ, ਅਤੇ ਇੱਥੇ ਮੈਂ ਪਲੱਸ ਵਨ ਪਲੱਸ ਟੂ ਨਾਨ ਮੈਡੀਕਲ ਪੜ੍ਹਿਆ ਸੀ ਅਤੇ ਕਾਫੀ ਟਾਈਮ ਹੋ ਗਿਆ ਸਕੂਲ ਪਾਸ ਆਊਟ ਕਰੇ ਨੂੰ। ਪਲੈਨ ਬਣਾਇਆ ਸੀ, ਰਿਸ਼ੂ ਨੇ ਕਿਹਾ ਸੀ ਮੈਨੂੰ ਵੀ ਚਲੋ ਮਾਮਾ ਜੀ ਆਪਾਂ ਘੁੰਮ ਕੇ ਆਉਂਦੇ ਹਾਂ ਸਾਰੇ ਮਲੋਹ 'ਚ ਗੇੜਾ ਕੱਢਾਂਗੇ। ਦੋਸਤੋ ਮੇਰੇ ਲੈਫਟ ਹੈਂਡ ਸਾਈਡ ਸ਼੍ਰੀ ਗੁਰਦੁਆਰਾ ਸਾਹਿਬ ਹੈ, ਜੋ ਕਿ ਬਹੁਤ ਹੀ ਫੇਮਸ ਪਲੇਸ ਆ ਸਾਡੇ ਮਲੋਹ ਵਿੱਚ। ਹੁਣ ਮੈਂ ਵੱਧ ਰਿਹਾ ਮੰਡੀ ਗੋਬਿੰਦਗੜ੍ਹ ਵਾਲੇ ਅੱਡੇ ਤਰਫ। ਦੋਸਤੋ ਮੌਸਮ ਬਹੁਤ ਹੀ ਵਧੀਆ ਹੈ, ਤੁਸੀਂ ਦੇਖ ਸਕਦੇ ਹੋ, ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਡਾ ਮਲੋਹ ਦਾ ਇੱਕ ਗੇੜੀ ਰੂਟ, ਕਿਵੇਂ ਲੱਗਿਆ ਤੁਹਾਨੂੰ ਮਲੋਹ 'ਚ, ਵਿੱਚ ਅਸੀਂ ਗੇੜੀ ਲਗਾਈ ਹੈ ਜੋ ਕਿ ਬਿਲਕੁਲ ਸਲੋ ਸਲੋ ਗਿਆ, ਸਾਨੂੰ ਵਧੀਆ ਲੱਗਿਆ ਮੌਸਮ ਸ਼ਾਮ ਦਾ, ਅਤੇ ਵਧੀਆ ਵਿਊ ਸੀਗਾ ਦੇਖਣ ਨੂੰ ਵੀ, ਜੀ ਕਰਦਾ ਸੀਗਾ। ਦੋਸਤੋ ਹੁਣ ਤੁਸੀਂ ਦੇਖ ਰਹੇ ਹੋ ਮੰਡੀ ਗੋਬਿੰਦਗੜ੍ਹ, ਜੋ ਦਾ ਅੱਡਾ ਸਾਡਾ ਮੰਡੀ ਗੋਬਿੰਦਗੜ੍ਹ ਵਾਲਾ ਚੌਂਕ ਵੀ ਕਹਿ ਸਕਦੇ ਹਾਂ ਉਹਨੂੰ, ਮੰਡੀ ਗੋਬਿੰਦਗੜ੍ਹ ਚੌਂਕ। ਅਤੇ ਹੁਣ ਅਸੀਂ ਉਸ ਤੋਂ ਅੱਗੇ ਵੱਧ ਰਹੇ ਹਾਂ ਨਾਭਾ ਚੌਂਕ ਤਰਫ। ਨਾਭਾ ਬੱਸ ਸਟੈਂਡ ਤਰਫ ਜਾ ਰਹੇ ਹਾਂ ਅਸੀਂ ਦੋਨੋਂ। ਦੋਸਤੋ ਮਲੋਹ ਟਾਊਨ ਇੱਕ ਇਹੋ ਜਿਹਾ ਸ਼ਹਿਰ ਹੈ, ਇੱਥੇ ਮਤਲਬ ਸਾਰੀਆਂ ਜ਼ਰੂਰਤਾਂ ਆਪਣੀਆਂ ਪੂਰੀਆਂ ਹੋ ਜਾਂਦੀਆਂ ਨੇ। ਵੀ ਅਗਰ ਆਪਾਂ ਨੇ ਬਾਏ ਕਰਨਾ ਹੈ, ਕੋਈ ਦਵਾਈ ਲੈਣੀ ਹੈ ਜਾਂ ਕੋਈ ਸ਼ੋਪਿੰਗ ਕਰਨੀ ਹੈ, ਤਾਂ ਇੱਥੇ ਆਪਣੀ ਜ਼ਰੂਰਤ ਪੂਰੀ ਹੋ ਜਾਂਦੀ ਹੈ। ਮਲੋਹ ਸ਼ਹਿਰ ਸਾਫ਼ ਸੁਥਰਾ ਸ਼ਹਿਰ ਆ, ਵਧੀਆ ਲੱਗਦਾ ਮੈਨੂੰ। ਅਤੇ ਸਾਡੇ ਮਲੋਹ ਸ਼ਹਿਰ ਵਿੱਚ ਸਾਰੀਆਂ ਬੈਂਕਾਂ ਨੇ, ਮਤਲਬ ਵਧੀਆ ਸਹੂਲਤਾਂ ਇੱਥੇ ਸਾਰੀਆਂ ਬੈਂਕਾਂ ਨੇ। ਅਤੇ ਦੋਸਤੋ ਮੇਰੇ ਰਾਈਟ ਹੈਂਡ ਸਾਈਡ ਸ਼੍ਰੀ ਸ਼ੀਤਲਾ ਮਾਤਾ ਜੀ ਦਾ ਮੰਦਰ ਹੈ, ਅਤੇ ਜਿੱਥੇ ਅਸੀਂ ਸਾਰੇ ਮੱਥਾ ਟੇਕਦੇ ਹਾਂ। ਦੋਸਤੋ ਹੁਣ ਤੁਸੀਂ ਦੇਖ ਰਹੇ ਹੋ ਨਾਭਾ ਬੱਸ ਸਟੈਂਡ, ਜੋ ਕਿ ਇਹ ਮਲੋਹ ਵਿੱਚ ਫੇਮਸ ਹੈ। ਨਾਭਾ ਬੱਸ ਸਟੈਂਡ 'ਤੇ ਇੱਕ ਮੰਡੀ ਗੋਬਿੰਦਗੜ੍ਹ ਚੌਂਕ ਜਾਂ ਨਾ ਗੋਬਿੰਦਗੜ੍ਹ ਵਾਲਾ ਅੱਡਾ ਵੀ ਕਹਿ ਸਕਦੇ ਹਾਂ ਆਪਾਂ, ਜਿੱਥੇ ਕਿ ਬੱਸ ਰੁਕਦੀ ਹੈ। ਹੁਣ ਤਾਂ ਵੱਧ ਰਹੇ ਹਾਂ ਮੈਂ ਨਿਊ ਬੱਸ ਸਟੈਂਡ ਤਰਫ, ਤੁਹਾਨੂੰ ਉੱਥੇ ਤੱਕ ਵਿਊ ਦਿਖਾਵਾਂਗਾ, ਅਤੇ ਉੱਥੋਂ ਫਿਰ ਵਾਪਸ ਅਸੀਂ ਘਰ ਜਾਵਾਂਗੇ ਰਿਸ਼ੂ ਅਤੇ ਮੈਂ। ਕਾਫੀ ਤਰੱਕੀ ਕਰ ਲਈ ਹੈ ਸ਼ਹਿਰ ਨੇ। ਅਤੇ ਦੋਸਤੋ ਹੁਣ ਤੁਸੀਂ ਦੇਖ ਰਹੇ ਹੋ ਅਸੀਂ ਘਰ ਤਰਫ ਵੱਧ ਰਹੇ ਹਾਂ, ਨਾਭਾ ਰੋਡ ਮਲੋਹ ਤੋਂ ਘਰ ਤਰਫ ਜਾ ਰਹੇ ਹਾਂ, ਪੁਰਾਣੀ ਅਨਾਜ ਮੰਡੀ ਜੋ ਕਿ ਓਲਡ ਗ੍ਰੇਨ ਮਾਰਕੀਟ ਹੈ, ਅਸੀਂ ਹੁਣ ਓਲਡ ਗ੍ਰੇਨ ਮਾਰਕੀਟ ਤਰਫ ਜਾ ਰਹੇ ਹਾਂ। ਦੋਸਤੋ ਨਾਭਾ ਬੱਸ ਸਟੈਂਡ ਹੋ ਕੇ ਹੀ ਲੰਘਾਂਗੇ ਘਰ ਨੂੰ। ਅਤੇ ਰਿਸ਼ੂ ਦੋਸਤੋ ਕਹਿ ਰਹੀ ਹੈ ਮੈਨੂੰ ਵਧੀਆ ਲੱਗਿਆ ਘੁੰਮ ਕੇ ਗੇੜਾ, ਮੌਸਮ ਗੇੜਾ ਲਗਾ ਕੇ ਮਲੋਹ ਵਿੱਚ ਵਧੀਆ ਲੱਗਿਆ, ਗੇੜੀ ਇਨ ਮਲੋਹ। ਦੋਸਤੋ ਅਸੀਂ ਸੋਚਿਆ ਟਾਈਟਲ ਰੱਖਾਂਗੇ। ਆਈ ਥਿੰਕ ਦੋਸਤੋ ਮੈਂ ਫਸਟ ਵਲੋਗਰ ਹੋਵਾਂਗਾ ਮਲੋਹ ਦਾ, ਜੋ ਕਿ ਪੂਰਾ ਐਕਸਪਲੋਰ ਕਰ ਰਿਹਾ ਮਲੋਹ ਨੂੰ। ਅਤੇ ਦੋਸਤੋ ਤੁਹਾਡਾ ਜੋ ਪਿਆਰ ਮੈਨੂੰ ਮਿਲ ਰਿਹਾ ਹੈ ਉਹ ਇੱਦਾਂ ਹੀ ਮਿਲਦਾ ਰਹੇ, ਮੈਂ ਆਸ਼ਾ ਕਰਦਾ ਕਿ ਤੁਹਾਨੂੰ ਵਧੀਆ ਲੱਗਣ ਮੇਰੀ ਵੀਡੀਓਆਂ। ਅਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦਿਆ ਕਰੋ ਵੀ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਵੀਡੀਓਜ਼।
ਆਉਂਦੇ ਟਾਈਮ 'ਚ ਤੁਹਾਡੇ ਲਈ ਮੈਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦਾ ਰਹਾਂਗਾ ਤੇ ਉਦੋਂ ਤੱਕ ਲਈ ਥੈਂਕਸ ਬਾਏ, ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ, ਬਾਏ। गेट लगा दे।